मिलण नो मन लो दुख का तरला पर बाकी आपे चले जाने मन लो भी बैठा है मैं अला भी कहां बोलना पैंदा इत कर्म दा अर्थ आ कर्म नहीं आ जड़ा लिखे है इत कर्म दा अर्थ बख्शिश कौन मिला सकदा कर्म मिला की लोड़ है अमृत बूंद वाहिगुरु वाहिगुरु सारे पी सकते पर क्यों क्या मिल साधु पी पड़ साधु
तेरे जपण दे महात्म नूं कौड़ी तो हीरियां वर्गा बना दे हीरियां। जिन्नी संगत घर सुन रही इत्थे सुन रही, साल बाद छे महीने बाद तुहाडे घर समा बनिया किते तुसी खड़पड़ साहब रखाया है। कमरा भी धोता है, चंदोआ भी लाया, बिछाई भी कीती है, पीड़ा भी लाया, गद्दा भी लाया, पाठी भी बुक कीते है, खंडपाठ कराया, पाठी रोल देन। तुसी छे मेंबर हो, पांजो चारो सातो परिवार दे, तुसी भी कापी लाओ, लिखो नौ तो दस खलो के चौर साहब वाहिगुरु वाहिगुरु जपदिया करनी है। गुरमीत कौर ने दस तो यारा करनी है, सस ने यारा तो बारा करनी, देवर ने बारा तो एक करनी, जेठ ने एक तो दो करनी, पति ने दो तो तीन करनी, फलाने पुत्र ने। जिन्हें मेंबर हो पाठी रोल दे रहे, तुसी एक घंटा अपनी रोल लाई खलो के चोर साहब वाहिगुरु वाहिगुरु जप दे। मैं गुरु की हजूरी कहना तुहानू चोर साहब करदे आ बाजां ले किन्नी वारी वेखणगे ते सोचणगे समाप्ति ते केड़ियां खुशियां ए परिवार की झोली च हीरियां वर्गियां पाउणियां। लोड साधु दी ओ ढंग दसदा कौडी तो हीरे तक पहुंचण दा। अरे अमृत बूंद सुहावनी मिल साधु की पनहार। अरे अमृत बूंद सुहावनी मिल साधु की वनहार। वण तरण प्रभ संग मौलिया समरथ पुरख अपार। हर मिलने धर्म मिलावण हर 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 धर्म हर मिलने सद बलगार। नानक हर जी मया कर शब्द सवारन गार। सावण तना सुहागणी सावण तना सुहागणी जिन राम नाम और हार। जिन राम और हार हर मिलने मन लोचदा।
ਕਦਮ ਮਿਲਾਵਨ ਹਾਰ ਕਦਮ ਮਿਲਾਵਨ ਹਾਰ ਕਦਮ ਮਿਲਾਵਨ ਹਾਰ ਕਦਮ ਮਿਲਾਵਨ ਹਾਰ ਕਦਮ ਮਿਲਾ ਬਾਜਾ ਵਾਲਿਆ ਬਾਜਾ ਵਾਲਿਆ ਲੋਚਦਾ ਮਨ ਲੋਚਦਾ ਮਨ ਲੋਚਦਾ ਮਨ ਲੋਚਦਾ ਲੋਚਦਾ ਬੋਲੋ ਲੋਚਦਾ ਬੋਲੋ ਲੋਚਦਾ ਸਾਰੇ ਬੋਲੋ ਮਨ ਲੋਚਦਾ ਡਰੈਕਟ ਡਰੈਕਟ ਗੱਲਾਂ ਕਰੋ ਮਨ ਲੋਚਦਾ ਲਾਵੇ ਪੈਰਾ ਵਾਹ ਵਾਹ ਹਰ ਮਿਲਨੇ ਨੋ ਮਨ ਲੋਚਦਾ ਮਿਲਨੇ ਨੋ ਮਨ ਲੋਚਦਾ ਕਰਮ ਮਿਲਾ ਹਰ ਮਿਲਣੇ ਨੋ ਮਨ ਲੋਚਦਾ
ਹਰ ਮਿਲਣ ਨੂੰ ਮਨ ਲੋਚਦਾ ਲੋਚਦਾ ਤਿੰਨ ਧਨ ਜਣੇ ਦੀ ਮਾਓ ਜਣੇ ਦੀ ਮਾਓ ਆਏ ਸਫਲ ਤਿੰਨ ਧਨ ਆਪ ਲੀਏ ਲੜ ਲਾਏ ਦਰ ਦਰਵੇਸ਼ ਆਪ ਲੀਏ ਲੜ ਲਾਏ ਦਰ ਦਰਵੇਸ਼ ਤਿੰਨ ਧਨ ਜਣੇ ਦੀ ਮਾਓ ਤਿੰਨ ਧਨ ਜਣੇ ਦੀ ਮਾਓ ਸਫਲ ਸੇ ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ ਮਨ ਹੋਰ ਮੁਖ ਹੋਰ ਸਿਖੰਡੇ ਕੱਚਿਆ ਰਤੇ ਇੱਕ ਖੁਦਾਏ ਰੰਗ ਦੀ ਦਾਰੀਏ ਵਿਸਰਿਆ ਜਿਨ ਨਾਮ ਤੇ ਪੋਏ ਭਾਰਤੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਜਿਨ ਧਨ ਜਣੇ ਦੀ ਮਾਓ ਆਏ ਸਫਲ ਸੇ ਪਰਵਤ ਗਾਰ ਅਪਾਰ ਅਗਮ ਬੇਅੰਤ ਤੋਂ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ ਸੇ ਫਰੀਦ ਖੈਰੀਏ ਬੰਦਗੀ ਸੇ ਫਰੀਦ ਖੈਰ ਦੀਜੇ ਬੰਦਗੀ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਵਾਹਿਗੁਰੂ 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 ਸਾਹਿਬ ਦੇ ਪਿਆਰ ਚਾਖੋ ਸਤਨਾਮ ਅਠਾਰਵਾਂ ਭਾਗ ਤੇ ਪੰਜਵਾਂ ਫਰਜ਼ ਮਾਂ ਦਾ ਪੰਜਵਾਂ ਫਰਜ਼ ਸਾਂਝਾ ਹੋ ਰਿਹਾ ਕਿ ਸਾਰੇ ਕਾਰਜ ਗੁਰਮਤ ਅਨੁਸਾਰ ਕਰੇ
ਜਿਹਦੇ ਚ ਆਪ ਜੀ ਨੇ ਸਰਵਣ ਕੀਤਾ ਮਾਂ ਦੇ ਫਰਜ਼ ਜਨਮ ਦਿਨ ਕਿਵੇਂ ਮਨਾਉਣਾ ਬੱਚੇ ਦਾ ਦੂਸਰਾ ਆਪ ਨੇ ਸਰਵਣ ਕੀਤਾ ਬਾਈ ਚਾਂਸ ਬੱਚਾ ਬਿਮਾਰ ਹੋ ਜੇ ਗੁਰਮਤ ਚ ਰਹਿਣਾ ਹੈ ਗੁਰੂ ਗ੍ਰੰਥ ਸਾਹਿਬ ਦਾ ਬੂਹਾ ਨਹੀਂ ਛੱਡਣਾ ਵੇਰਵਾ ਨਹੀਂ ਮੈਂ ਦੇਣਾ ਕਈ ਨਵੇਂ ਆਏ ਹੁੰਦੇ ਬਿਮਾਰੀ ਦਾ ਨਾਂ ਤੇ ਚੇਚਕ ਕਹਿਣ ਚ ਆ ਜਾਂਦਾ ਮਾਤਾ ਨਿਕਲੀ ਫਲਾਣੀ ਜਗ੍ਹਾ ਮੱਥਾ ਟਿਕਾਓ ਇਹ ਸਾਰੇ ਵੇਰਵੇ ਸਰਵਣ ਕੀਤੇ ਵੀ ਮਨ ਨੀਵਾਂ ਕਰ ਕਰਕੇ ਗੁਰਮਤ ਕਾਇਮ ਰੱਖਣੀ ਏ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਛੇਵੇਂ ਪਾਤਸ਼ਾਹ ਜੀ ਨੂੰ ਵੀ ਸੀਤਲਾ ਨਿਕਲੀ ਗੁਰੂ ਅਰਜਨ ਦੇਵ ਕਹਿੰਦੇ ਸੰਗਤਾਂ ਨੂੰ ਗੁਰੂ ਰਾਮਦਾਸ ਦੇ ਦਰ ਤੇ ਝਾੜੂ ਦੀ ਸੇਵਾ ਕਰੋ ਬਾਣੀ ਪੜੋ ਉਹਨਾਂ ਕੇ ਅਰਦਾਸ ਕਰੋ ਇਹ ਹੋ ਜਾਂਦਾ ਦੋ ਚਾਰ ਦਿਨ ਅੱਠ ਦਿਨ ਨੌ ਦਿਨ ਨਾ ਜਾਵੇ ਕੋਈ ਬੱਚੇ ਦਾ ਤੇ ਫਿਰ ਗੁਰਮਤ ਹਿੱਲਣ ਦਾ ਡਰ ਏ ਘਰ ਚੋਂ ਤੀਜਾ ਸੁਣ ਰਹੇ ਹੋ ਮਾਂ ਦੇ ਫਰਜ਼ ਪੰਜਵੇਂ ਵਿੱਚ ਡਾਕਟਰ ਕਹਿ ਦਿੰਦੇ ਆ ਬੱਚੇ ਨੂੰ ਖਿਡਾਰੀ ਬਣਾਉਣਾ ਇਹਨੂੰ ਮੀਟ ਦੀ ਤਰੀ ਦਿਓ ਇਹਨੂੰ ਕੁਝ ਬਲਵਾਨ ਬਣਾਉਣਾ ਆ ਦਿਓ ਇਹ ਪਿਛਲੇ ਵਾਰੀ ਆਪ ਜੀ ਸਰਵਣ ਕੀਤਾ ਔਰ ਬੜੇ ਫੋਨ ਆਏ ਦਾਸ ਨੂੰ ਕਿਉਂਕਿ ਆਪਾਂ ਆਹ ਵਿਸ਼ਾ ਨਹੀਂ ਸੀ ਲਿਆ ਮਾਸ ਖਾਣਾ ਹੈ ਕਿ ਨਹੀਂ ਖਾਣਾ ਇਹਦੇ ਪੰਥ 'ਚ ਦੌਰ ਆਏ ਹੈ ਮਾਸ ਬਾਰੇ ਆਪਾਂ ਆਹ ਲਿਆ ਸੀ ਕਿ ਜਿਹੜੇ ਇਹ ਕਹਿੰਦੇ ਨੇ ਵੀ ਇਹ ਮਾਸ ਖਵਾਓਗੇ ਤੇ ਬੱਚਾ ਤਕੜਾ ਹੋਊ ਖਿਡਾਰੀ ਬਣੂ ਆ ਤਾਤੇ ਦੇ ਅੰਦਰ ਆਉਣਗੇ ਉਹਦੇ ਮੁਤਾਬਕ ਆਪ ਜੀ ਨੇ ਸਰਵਣ ਕੀਤਾ ਕਿੱਡੇ ਕਿੱਡੇ ਵੱਡੇ ਅਹੁਦਿਆਂ ਤੇ ਜਿਹੜੇ ਖਿਡਾਰੀ ਪਹੁੰਚੇ ਰੁਸਤਮੇ ਹਿੰਦ ਉਹਨਾਂ ਦੇ ਨਾਂ ਸੁਣੇ ਤੁਸੀਂ ਪਿਛਲੀ ਵਾਰੀ ਔਰ ਵਾਲਟਰ ਕਾਰ ਨੈਲੀਅਸ ਬੱਸ ਨੂੰ ਫੜ ਲਏ ਭਾਵੇਂ ਉਹ ਬੱਸ ਚੌਥੇ ਗੇਅਰ 'ਚ ਪਾ ਦੇ ਅਗਾਂਹ ਨਹੀਂ ਸੀ ਜਾਂਦੀ ਐਡਾ ਬਲਵਾਨ ਇਹ ਸਾਰੇ ਸ਼ਾਕਾਹਾਰੀ ਹੋਏ ਨੇ ਮਾਸ ਨਹੀਂ ਸੀ ਖਾਂਦੇ ਆਖੋ ਸਤਨਾਮ ਮਾਸ ਬਾਰੇ ਦੌਰ ਆਏ ਨੇ ਪਰ ਆਪਾਂ ਇਹ ਰਹਿ ਰਹੇ ਹਾਂ ਵੀ ਆਹ ਨਾ ਕਹੋ ਵੀ ਇਹ ਖਾਓਗੇ ਤੇ ਬਲਵਾਨ ਹੋਵੋ ਮਾੜੇ ਦੇ ਜ਼ਿਕਰ ਹੋਰ ਤੁਸੀਂ ਇੱਕ ਨਾਂ ਸੁਣਿਆ ਮਹਾਰਾਜਾ ਅਸ਼ੋਕ ਕਿੰਨਾ ਬਲਵਾਨ ਮੰਨਿਆ ਗਿਆ ਮੇਰੇ ਤੋਂ ਜ਼ਿਆਦਾ ਸਿਆਣੇ ਤੁਸੀਂ ਕਿਤਾਬਾਂ 'ਚ ਪੜ੍ਹਿਓ ਮਹਾਰਾਜਾ ਅਸ਼ੋਕ ਬਹੁਤ ਬਲਵਾਨ ਮੰਨੇ ਗਏ ਹੈ
ਉਹਨਾਂ ਦੀ ਸੈਨਾ ਵੀ ਬੜੀ ਬਲਵਾਨ ਮੰਨੀ ਗਈ ਹੈ, ਪਰ ਮਹਾਰਾਜਾ ਅਸ਼ੋਕ ਤੇ ਉਹਨਾਂ ਦੀ ਸੈਨਾ ਸਾਧ ਸੰਗਤ ਮਾਸ ਨਹੀਂ ਸੀ ਖਾਂਦੇ, ਤਾਂ ਵੀ ਬਲਵਾਨ। ਇੱਕ ਸ਼ਹਿਰ ਹੈ ਮੈਕਸੀਕੋ, ਉੱਥੋਂ ਦੇ ਨਿਵਾਸੀ ਵੀ ਬਲਵਾਨ ਮੰਨੇ ਗਏ ਆ। ਤੇ ਇਹ ਜੇਪੀ ਸੰਗਤ ਸਿੰਘ ਜੀ ਦੀ ਕਿਤਾਬ ਹੈ, ਉਹਦਾ ਨਾਂ ਹੈ ਸਿੱਖ ਧਰਮ ਤੇ ਮਾਂ ਸ਼ਰਾਬ। ਉਹਨਾਂ ਨੇ ਵੇਰਵੇ ਕੱਢ ਕੇ ਤੱਤ ਦਿੱਤਾ ਕਿ ਮੈਕਸੀਕੋ ਦੇ ਨਿਵਾਸੀ ਸਾਰੇ ਬਲਵਾਨ ਮੰਨੇ ਗਏ ਨੇ, ਪਰ ਉਹ ਸਾਰੇ ਸ਼ਾਕਾਹਾਰੀ ਨੇ, ਮਾਸ ਨਹੀਂ ਸੀ ਖਾਂਦੇ। ਆਖੋ ਸਤਨਾਮ। ਯੂਰਪ, ਪੋਲੈਂਡ ਤੇ ਹੰਗਰੀ, ਇਹ ਸ਼ਹਿਰਾਂ ਦੇ ਨਾਂ ਨੇ। ਯੂਰਪ, ਪੋਲੈਂਡ ਤੇ ਹੰਗਰੀ ਦੇ ਸਿਪਾਹੀ ਇਹ ਵੀ ਬਹੁਤ ਬਲਵਾਨ ਮੰਨੇ ਗਏ ਨੇ, ਪਰ ਇਹ ਵੀ ਮਾਸ ਨਹੀਂ ਖਾਂਦੇ, ਸ਼ਾਕਾਹਾਰੀ। ਮੈਂ ਅਗਲੀ ਗੱਲ ਕਹਿਣ ਲੱਗਾ, ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765-25850। ਭਾਈ ਗੁਰ ਇਕਬਾਲ ਸਿੰਘ ਜੀ ਵੱਲੋਂ ਗਾਇਨ ਕੀਤੇ VCD, CD, MP3 ਤੇ DVD ਦੇ 350 ਤੋਂ ਵੀ ਵੱਧ ਨੰਬਰ ਆਪ ਜੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਤਰਨ ਤਾਰਨ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਘਰ ਬੈਠੇ ਹੀ ਕੋਰੀਅਰ ਰਾਹੀਂ ਪ੍ਰਾਪਤ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਸੰਪਰਕ ਕਰੋ 98765-25860।